ਤਰੀਕੇ ਦੇ ਨਾਲ ਇਹ ਕੀ ਪ੍ਰਦਰਸ਼ਨ ਕਰ ਰਿਹਾ ਜਾਂ ਫਿਰ ਹੋਰ ਕੋਈ ਵਜ੍ਹਾ ਹੈ। ਫਿਲਹਾਲ ਇਸ ਦਾ ਜ਼ਿਕਰ ਵੀ ਕਰਾਂਗੇ, ਪਰ ਇਹ ਤਸਵੀਰ ਜਿਸ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਵਾ ਦਿੱਤੀ ਹੈ, ਕਿਉਂਕਿ ਸੈਕਟਰ 17 ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਇਹ ਟਾਵਰ ਹੈ। ਤਾਂ ਮੇਰੇ ਸਹਿਯੋਗੀ ਰਵਿੰਦਰ ਮੀਤ ਇਸ ਖਬਰ ਦੇ ਉੱਤੇ ਲਾਈਵ ਜੁੜ ਚੁੱਕੇ ਨੇ। ਤਾਂ ਰਵਿੰਦਰ, ਆਖਿਰ ਇਹ ਨੌਜਵਾਨ ਟਾਵਰ ਦੇ ਉੱਤੇ ਚੜ੍ਹਿਆ ਕਿਉਂ ਹੈ, ਕਦੋਂ ਦਾ ਇਹ ਵਾਕਿਆ, ਅਤੇ ਫਿਲਹਾਲ ਪੁਲਿਸ ਕਿਸ ਤਰੀਕੇ ਦੇ ਨਾਲ ਇਸ ਪੂਰੀ ਸਥਿਤੀ ਨੂੰ ਟੈਕਲ ਕਰ ਰਹੀ ਹੈ? ਬਿਲਕੁਲ, ਦੇਖੋ ਸਵੇਰੇ 8:30 ਤੋਂ ਇਹ ਵਿਅਕਤੀ ਇਸ ਟਾਵਰ ਦੇ ਉੱਤੇ ਚੜ੍ਹਿਆ ਹੋਇਆ। ਮੈਂ ਤਸਵੀਰਾਂ ਵੀ ਨਾਲ ਦਿਖਾ ਦਿੰਦਾ। ਇਸ ਟਾਵਰ ਦੇ ਉੱਤੇ 8:30 ਵਜੇ ਜਦੋਂ ਚੜ੍ਹਿਆ ਸੀ, ਉਸ ਤੋਂ ਬਾਅਦ ਮਾਈਕ ਦੇ ਜ਼ਰੀਏ ਉਹਨੇ ਆਪਣੀਆਂ ਮੰਗਾਂ ਦੱਸੀਆਂ। ਤਮਾਮ ਪੁਲਿਸ ਦਾ ਜਿਹੜਾ ਅਮਲਾ ਹੈਗਾ ਉਹ ਇੱਥੇ ਪਹੁੰਚਿਆ ਹੋਇਆ। ਦਮਕਲ ਵਿਭਾਗ ਦੀਆਂ ਗੱਡੀਆਂ, ਜਿਹੜੀ ਗੱਡੀ ਦੇ ਨਾਲ ਉਤਾਰਿਆ ਜਾ ਸਕਦਾ ਹੈ ਇਸ ਟਾਵਰ ਦੇ ਉੱਤੋਂ, ਉਹ ਗੱਡੀ ਵੀ ਜਿਹੜੀ ਦਮਕਲ ਵਿਭਾਗ ਦੀ ਫਾਇਰ ਬ੍ਰਿਗੇਡ ਦੀ, ਉਹ ਵੀ ਇੱਥੇ ਪਹੁੰਚੀ ਹੋਈ ਹੈ। ਪੁਲਿਸ ਲਗਾਤਾਰ ਇੱਥੇ ਅਪੀਲ ਵੀ ਕਰ ਰਹੀ ਹੈ ਕਿ ਵਿਅਕਤੀ ਜਿਹੜਾ ਵਿਕਰਮ ਨਾਂ ਦਾ ਦੱਸਿਆ ਜਾ ਰਿਹਾ, ਜੀਂਦ ਦਾ ਇਹ ਵਿਅਕਤੀ ਹੈਗਾ, ਉਹ ਇਸ ਟਾਵਰ ਤੋਂ ਉਤਰਿਆ ਹੋਵੇ। ਤਸਵੀਰਾਂ ਇੱਕ ਵਾਰ ਮੈਂ ਕਹੂੰਗਾ ਕੈਮਰਾਮੈਨ ਤੁਲਸੀ ਨੂੰ ਕਿ ਤਸਵੀਰਾਂ ਜ਼ਰੂਰ ਦਿਖਾ ਦਿਓ। ਇਹ ਕਾਫੀ ਉੱਚਾ ਟਾਵਰ ਜਿਹੜਾ ਹੈਗਾ, ਇਹ ਜੀਓ ਦਾ ਟਾਵਰ ਹੈ ਜੀ। ਇਸ ਟਾਵਰ ਦੇ ਉੱਤੇ ਇਹ ਵਿਅਕਤੀ ਸਵੇਰੇ 8:30 ਵਜੇ ਚੜ੍ਹਿਆ ਸੀ। ਹਾਲਾਂਕਿ ਮਾਮਲਾ ਜਿਹੜਾ ਦੱਸਿਆ ਜਾ ਰਿਹਾ, ਮਾਮਲਾ ਜ਼ਮੀਨ ਦਾ ਜਿਹੜਾ ਉਹ ਹਰਿਆਣਾ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ, ਅਤੇ ਮਾਨਸਾ ਦੇ ਸਰਦੂਰਗੜ੍ਹ ਦੇ ਨੇੜੇ ਪਿੰਡ ਜੋ ਹੈਗਾ ਉਸ ਦੇ ਵਿੱਚ 3 ਵਿਅਕਤੀਆਂ ਵੱਲੋਂ ਇਸ ਵਿਅਕਤੀ ਨੂੰ ਕੁੱਟਿਆ ਗਿਆ, ਇਹਦੇ 'ਤੇ ਪਰਚਾ ਦਰਜ ਕਰਾਇਆ ਗਿਆ। ਉਸੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਲ ਮੁਲਾਕਾਤ ਕਰਨ ਦੀ ਇਹ ਵਿਅਕਤੀ ਮੰਗ ਕਰ ਰਿਹਾ ਕਿ ਮੁੱਖ ਮੰਤਰੀ ਮੁਲਾਕਾਤ ਕਰਨ। ਹਾਲਾਂਕਿ 12 ਵਜੇ ਦਾ ਅਲਟੀਮੇਟਮ ਇਸ ਵਿਅਕਤੀ ਵੱਲੋਂ ਦਿੱਤਾ ਗਿਆ ਸੀ ਕਿ 12 ਵਜੇ ਤੱਕ ਮੁਲਾਕਾਤ ਕੀਤੀ ਜਾਵੇ, ਤਾਂ ਇਹ ਗੱਲਬਾਤ ਲਗਾਤਾਰ ਕਹੀ ਜਾ ਰਹੀ ਹੈ। ਲੇਕਿਨ ਹਾਲੇ ਤੱਕ ਮਸਲੇ ਦਾ ਕੋਈ ਹੱਲ ਨਿਕਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਮੁੱਖ ਮੰਤਰੀ ਮਿਲਣ ਅਤੇ ਮਸਲੇ ਦਾ ਹੱਲ ਕਰਾਉਣ। ਜਾਣਨਾ ਚਾਹ ਰਿਹਾ ਕਿ ਜੇਕਰ ਇਹ ਨੌਜਵਾਨ ਹਰਿਆਣਾ ਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਕਿਸ ਤਰੀਕੇ ਦਾ ਸੋਲਿਊਸ਼ਨ ਚਾਹੁੰਦਾ ਹੈ, ਅਤੇ ਦੂਜੀ ਗੱਲ ਇਹ ਜ਼ਮੀਨੀ ਵਿਵਾਦ ਹੈ ਕੀ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਟਾਵਰ ਦੇ ਉੱਤੇ ਚੜ੍ਹ ਕੇ ਮਾਈਕ ਦੇ ਜ਼ਰੀਏ ਇਹ ਜਿਹੜਾ ਆਪਣਾ ਸੁਨੇਹਾ ਜਾਂ ਆਪਣਾ ਪ੍ਰਦਰਸ਼ਨ ਉਹ ਜਿਤਾ ਰਿਹਾ ਹੈ, ਕੀ ਜ਼ਮੀਨੀ ਵਿਵਾਦ ਹੈ, ਅਤੇ ਮੁੱਖ ਮੰਤਰੀ ਮਾਨ ਦੇ ਕੋਲੋਂ ਇਸ ਕਿਸ ਤਰੀਕੇ ਦਾ ਸੋਲਿਊਸ਼ਨ ਜਿਹੜਾ ਹੈ ਨੌਜਵਾਨ ਚਾਹੁੰਦਾ ਹੈ? ਬਿਲਕੁਲ, ਦੇਖੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਜਿਵੇਂ ਪਹਿਲਾਂ ਮੈਂ ਦੱਸਿਆ ਕਿ ਹਰਿਆਣੇ ਦੇ ਵਿੱਚ ਜ਼ਮੀਨ ਹੈ, ਲੇਕਿਨ ਪੰਜਾਬ ਦੇ 3 ਵਿਅਕਤੀਆਂ ਵੱਲੋਂ, ਬਾਜੀਗਰ ਭਾਈਚਾਰੇ ਦੇ ਨਾਲ ਸੰਬੰਧਿਤ 3 ਵਿਅਕਤੀ ਹੈਗੇ ਨੇ ਜਿਨ੍ਹਾਂ ਵੱਲੋਂ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਪਰਚਾ ਦਰਜ ਕਰਾਇਆ ਗਿਆ, 7 ਲੱਖ ਰੁਪਏ ਦੇਣਦਾਰੀ ਦੀ ਗੱਲਬਾਤ ਪਰਚੇ ਦੇ ਵਿੱਚ ਕਹੀ ਗਈ ਕਿ 7 ਲੱਖ ਰੁਪਏ ਦੇਣਾ ਇਸ ਵਿਅਕਤੀ ਵੱਲੋਂ। ਤਾਂ ਇਸ ਦੇ ਵਿਰੋਧ ਦੇ ਵਿੱਚ ਇਸ ਵਿਅਕਤੀ ਵੱਲੋਂ ਜਿਹੜਾ ਕਿ ਜੀਂਦਾ ਦੱਸਿਆ ਜਾ ਰਿਹਾ ਵਿਕਰਮ ਨਾਂ ਦਾ, ਇਹਨੇ ਕਿਹਾ ਕਿ ਮੇਰੇ 'ਤੇ ਗਲਤ ਪਰਚਾ ਦਰਜ ਕੀਤਾ ਗਿਆ, ਮੈਨੂੰ ਕੁੱਟਿਆ ਮਾਰਿਆ ਗਿਆ, ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਮੇਰੇ ਪਰਿਵਾਰ ਨੂੰ ਜਿਹੜਾ ਹੈਗਾ ਉਹ ਤਕਲੀਫ ਦਿੱਤੀ ਗਈ। ਇਸ ਤਰੀਕੇ ਦੀ ਗੱਲਬਾਤ ਹੈ, ਇਲਜ਼ਾਮ ਜਿਹੜੇ ਇਹਨਾਂ ਵੱਲੋਂ ਲਗਾਏ ਗਏ ਨੇ। ਤਾਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਕਈ ਵਾਰ ਪਹਿਲਾਂ ਵੀ ਇੱਥੇ ਪਹੁੰਚੇ ਸੀਗੇ, ਲੇਕਿਨ ਅੱਜ ਇੱਕ ਵਾਰ ਫਿਰ ਤੋਂ ਜਦੋਂ ਪਹੁੰਚੇ ਤਾਂ ਸਿੱਧਾ ਜਿਹੜਾ ਬੱਸ ਸਟੈਂਡ ਸੈਕਟਰ 17 ਹੈਗਾ ਉਹਦੇ ਪਿੱਛੇ ਇਹ ਟਾਵਰ ਹੈਗਾ ਬਿਲਕੁਲ ਬੈਕ ਸਾਈਡ, ਇਸ ਟਾਵਰ ਦੇ ਉੱਤੇ ਚੜ੍ਹਨ ਦਾ ਫੈਸਲਾ ਲਿਆ ਗਿਆ ਅਤੇ ਟਾਵਰ ਤੋਂ ਉਤਰਨ ਦਾ ਫੈਸਲਾ ਉਦੋਂ ਹੀ ਲਿਆ ਜਾਏਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਮਿਲ ਗਏ ਅਤੇ ਮਸਲੇ ਦਾ ਹੱਲ ਕਰਾਉਣਗੇ। ਹੁਣ ਇਹਦਾ ਦੂਸਰਾ ਪਹਿਲੂ ਕੀ ਹੈਗਾ? ਦੂਸਰਾ ਪਹਿਲੂ ਇਹ ਹੈਗਾ ਕਿ ਪੰਜਾਬ ਸਰਕਾਰ ਲਗਾਤਾਰ ਕਹਿੰਦੀ ਹੈ ਕਿ ਸਰਕਾਰ ਤੁਹਾਡੇ ਦੁਆਰ, ਲਗਾਤਾਰ ਮੁੱਖ ਮੰਤਰੀ ਇਹ ਗੱਲਬਾਤ ਕਹਿੰਦੇ ਨੇ ਕਿ ਮੇਰੇ ਘਰ ਦੇ ਦਰਵਾਜ਼ੇ, ਸਕੱਤਰੇ ਦੇ ਦਰਵਾਜ਼ੇ ਖੁੱਲ੍ਹੇ ਨੇ, ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਤਾਂ ਮੈਨੂੰ ਆ ਕੇ ਮਿਲ ਸਕਦਾ। ਅਤੇ ਦੂਸਰੇ ਪਾਸੇ ਵਿਅਕਤੀ, ਇਹ ਪਹਿਲਾਂ ਕੋਈ ਮਾਮਲਾ ਨਹੀਂ ਹੈਗਾ ਕਿ ਕੋਈ ਵਿਅਕਤੀ ਟਾਵਰ 'ਤੇ ਚੜ੍ਹਿਆ ਹੋਵੇ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੁਲਾਜ਼ਮ ਵਿੰਗ ਦੇ, ਮੁਲਾਜ਼ਮ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਜਾਂ ਫਿਰ ਮੈਂਬਰ ਨੇ, ਉਹ ਵੀ ਇਸ ਤਰੀਕੇ ਤਰ੍ਹਾਂ ਟਾਵਰ 'ਤੇ ਚੜ੍ਹਨ ਦਾ ਫੈਸਲਾ ਲੈਂਦੇ ਰਹੇ ਨੇ। ਲੇਕਿਨ ਇੱਕ ਵਾਰ ਫਿਰ ਤੋਂ ਇਹ ਮਾਮਲਾ ਸਾਹਮਣੇ ਆਇਆ, ਸੈਕਟਰ
ਚੈਪਟਰ 17 ਦੇ ਵਿੱਚ। ਹਾਲਾਂਕਿ ਇਹ ਮਾਮਲਾ ਦੋ ਸਟੇਟਾਂ ਦੇ ਨਾਲ ਸੰਬੰਧਿਤ ਹੈ, ਇੱਕ ਪੰਜਾਬ ਅਤੇ ਦੂਸਰਾ ਹਰਿਆਣਾ। ਹਰਿਆਣਾ ਦੇ ਵਿੱਚ ਜ਼ਮੀਨ ਦਾ ਰੌਲਾ ਹੈਗਾ ਅਤੇ ਪੰਜਾਬ ਦੇ ਵਿੱਚ ਕੁੱਟਮਾਰ ਅਤੇ 7 ਲੱਖ ਰੁਪਏ ਦੇਣਦਾਰੀ ਦਾ ਮਾਮਲਾ ਹੈਗਾ। ਤਾਂ ਗਲਤ ਪਰਚਾ, ਨਜਾਇਜ਼ ਪਰਚਾ ਕਰਨ ਦੀ ਗੱਲਬਾਤ ਕਹੀ ਜਾ ਰਹੀ ਹੈ। ਤਸਵੀਰਾਂ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹਾਂ, ਤਸਵੀਰਾਂ ਉਸ ਟਾਵਰ ਦੀਆਂ ਜਿੱਥੇ ਇਹ ਵਿਅਕਤੀ ਚੜ੍ਹਿਆ ਹੋਇਆ ਅਤੇ ਜਿੱਥੇ ਚੜ੍ਹ ਕੇ ਮੰਗ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨ ਦੀ, ਮੁਲਾਕਾਤ ਕਰਨ ਦੀ। ਤਾਂ ਇਹ ਟਾਵਰ ਦੇ ਉੱਤੇ ਸਵੇਰ ਤੋਂ ਹੀ ਅੱਜ ਇਹ ਵਿਅਕਤੀ ਚੜ੍ਹਿਆ ਹੋਇਆ ਅਤੇ ਲਗਾਤਾਰ ਮੰਗ ਕਰ ਰਿਹਾ ਕਿ ਮੁੱਖ ਮੰਤਰੀ ਮਿਲਣ, ਇੰਟਰਵਿਊ ਕਰਨ, ਮਸਲੇ ਦਾ ਹੱਲ ਕਰਵਾਉਣ। ਜੋ ਫਰਜ਼ੀ ਪਰਚਾ ਮੇਰੇ 'ਤੇ ਕਰਵਾਇਆ ਗਿਆ ਉਸ ਪਰਚੇ ਨੂੰ ਰੱਦ ਕਰਵਾਇਆ ਜਾਵੇ। ਤਾਂ ਇਹ ਪੂਰਾ ਜਿਹੜਾ ਕਹਾਣੀ ਹੈਗੀ ਹੈ, ਸਨੈਰੀ ਹੋ ਗਿਆ ਜਿਹੜਾ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਬਣਿਆ। ਤਾਂ ਤਿੰਨ ਸਟੇਟਾਂ ਦੇ ਵਿੱਚ ਇਹ ਮਾਮਲਾ ਉਲਝਿਆ ਹੋਇਆ। ਪਹਿਲਾ ਸਟੇਟ ਜਿਵੇਂ ਮੈਂ ਜ਼ਿਕਰ ਕੀਤਾ ਹਰਿਆਣੇ ਦਾ, ਜਿੱਥੋਂ ਦਾ ਇਹ ਬਿਲੋਂਗ ਕਰਦੇ ਨੇ, ਪੰਜਾਬ ਦੇ ਵਿੱਚ ਜਿੱਥੇ ਪਰਚਾ ਹੋਇਆ, ਅਤੇ ਚੰਡੀਗੜ੍ਹ ਜਿੱਥੇ ਇਹਨਾਂ ਵੱਲੋਂ ਆ ਕੇ ਫੈਸਲਾ ਲੈ ਗਏ ਕਿ ਮੈਂ ਟਾਵਰ 'ਤੇ ਚੜੂੰਗਾ ਅਤੇ ਇੱਥੇ ਚੜ੍ਹ ਕੇ ਮੰਗ ਕਰੂੰਗਾ। ਬਿਲਕੁਲ ਰਵਿੰਦਰ, ਤੁਸੀਂ ਇਸ ਖਬਰ ਦੇ ਉੱਤੇ ਬਣੇ ਰਹੋ, ਤੁਹਾਡੇ ਕੋਲ ਅੱਗੇ ਵੀ ਜਾਣਕਾਰੀ ਅਸੀਂ ਲੈਂਦੇ ਰਵਾਂਗੇ। ਪਰ ਫਿਲਹਾਲ ਇਸ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰੀਕੇ ਦੇ ਨਾਲ ਹੱਲ ਕਰਵਾਉਂਦੇ ਨੇ, ਇਹ ਵੇਖਣਾ ਅਹਿਮ ਹੋਏਗਾ। ਰਵਿੰਦਰ, ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ। ਅੱਜ ਸਵੇਰੇ ਸਾਨੂੰ ਮੈਸੇਜ ਆਇਆ ਸੀ ਕਰੀਬ 8:30-9 ਵਜੇ ਕਿ ਟਾਵਰ ਡਿਸਟ੍ਰਿਕਟ ਕੋਰਟ ਹੈ ਜੋ ਸੈਕਟਰ 17 ਕਾ, ਉਸਕੇ ਸਾਹਮਣੇ ਟਾਵਰ ਹੈ, ਟਾਵਰ ਪਰ ਇੱਕ ਲੜਕਾ ਚੜ ਗਿਆ। ਤੋ ਹਮ ਇਮੀਡੀਏਟਲੀ ਮੇਰਾ SHO ਔਰ ਮੈਂ ਯਹਾਂ ਪੇ ਪਹੁੰਚਾ ਹੂੰ। ਪਹੁੰਚ ਕੇ ਹਮਨੇ ਪਤਾ ਕੀਆ ਇਹ ਵਿਕਰਮ ਨਾਮ ਕਾ ਲੜਕਾ ਹੈ ਜੋ ਬੇਸਿਕਲੀ ਜਿੰਦ ਕਾ ਰਹਿਣੇ ਵਾਲਾ ਹੈ ਔਰ ਇਹ ਪੰਜਾਬ ਮੇ ਵੀ ਮਾਨਸਾ ਜ਼ਿਲ੍ਹੇ ਮੇ ਰਹਾ ਹੈ, ਵਹਾਂ ਪੇ ਸਦੂਲਗੜ੍ਹ ਮੇ। ਔਰ ਇਸਨੇ ਯਹੀ ਬਤਾਇਆ ਕਿ ਮੇਰਾ ਕੋਈ ਪ੍ਰੋਪਰਟੀ ਕਾ ਮਾਮਲਾ ਚੱਲ ਰਿਹਾ, ਮੈਨੇ ਕੋਈ ਪੇਮੈਂਟ ਕੀ ਥੀ ਪ੍ਰੋਪਰਟੀ ਕੇ ਲਈ, ਮੇਰੇ ਨਾਮ ਨਹੀਂ ਹੋਈ ਵੋ, ਉਸਕੇ ਲਈ ਮੈਨੇ ਥਾਣੇ ਮੇ ਵੀ ਕੰਪਲੇਂਟ ਕੀ ਥੀ ਔਰ ਮੈਂ ਯਹਾਂ ਵੀ ਮਿਲਨੇ ਆਇਆ ਥਾ। ਅਭੀ ਪੂਰੀ ਬਾਤ ਨਹੀਂ ਇਸਕੀ ਬਤਾ ਰਹਾ, ਯਹੀ ਕਹਿ ਰਹਾ, ਮੈਨੇ ਰਿਕੁਐਸਟ ਕੀ ਹੈ ਨੀਚੇ ਆ ਜਾਓ, ਮੈਂ ਆਪਕੋ ਜੋ ਵੀ ਆਪਕਾ ਹੋਗਾ ਜਿਸਕੋ ਮਿਲਣਾ ਚਾਹੇਂਗੇ CM ਰੈਜੀਡੈਂਸ ਪੇ, ਮੈਨੇ ਬਾਤ ਕੀ OSD ਸਾਹਿਬ ਸੇ, ਉਹਨਾਂ ਵੀ ਆਸ਼ਵਾਸਨ ਦਿਆ ਕਿ ਯਹਾਂ ਪੇ ਲੈ ਆਓ ਉਸਕੋ, ਮੈਂ ਬਹੁਤ ਸਾਰੀ ਬਾਤ ਕਰ ਲੇਂਗੇ। ਹਾਂ, ਮੇਰੀ ਬਾਤ ਹੋਈ ਆ, ਮੈਨੇ ਇਸਕੋ ਸਮਝਾਇਆ ਹੈ ਵੀ ਨੀਚੇ ਆ ਜਾਓ, ਐਸੇ ਆਪਕੀ ਜ਼ਿੰਦਗੀ ਕੋ ਵੀ ਖਤਰਾ ਹੈ। ਤੋ ਯਹੀ ਕਹਿ ਰਹਾ ਥਾ, ਕਹਿੰਦੇ ਜੀ ਮੇਰੇ ਕੋ ਬਾਤ ਕਰਵਾ ਦਿਓ, ਆਪ OSD ਸਾਹਿਬ ਜਾਂ CM ਸਾਹਿਬ ਕੇ ਸਾਥ ਮਿਲਵਾ ਦਿਓ। ਤੋ ਮੈਂ ਵਹਾਂ ਵੀ ਅਭੀ ਜਾ ਕੇ ਆਇਆ ਹੂੰ, ਉਹਨੇ ਯਹੀ ਅਭੀ ਦੁਬਾਰਾ ਬਾਤ ਕਰੂੰਗਾ ਮੈਂ ਇਸਸੇ ਔਰ ਯਹੀ ਰਿਕੁਐਸਟ ਕਰੂੰਗਾ ਵੀ ਯਹਾਂ ਪੇ ਹਮਾਰੇ ਪਾਸ ਲੈ ਆਓ ਔਰ ਹਮ ਇਸਕੀ ਸਾਰੀ ਬਾਤ ਸੁਣ ਕੇ ਇਸਕੀ ਕਾਰਵਾਈ ਕਰ ਦੇਂਗੇ। ਫਿਲਹਾਲ ਦੇ ਲਈ ਬਸ ਇੰਨਾ ਹੀ, ਤੁਸੀਂ ਦੇਖਦੇ ਰਹੋ PTC ਨਿਊਜ਼।